ਜਿੱਦਾਂ ਕਿ ਲੋਕਡਾਊਨ ਚੱਲ ਰਿਹਾ ਆ ਤੇ ਲੋਕਡਾਊਨ ਦੇ ਵਿੱਚ ਜੌਬਸ ਤੇ ਬਹੁਤ ਹੀ ਜ਼ਿਆਦਾ ਅਸਰ ਹੋਇਆ ਆ, ਜਾਂ ਤਾਂ ਫਿਰ ਜੌਬਸ ਹੈ ਹੀ ਨਹੀਂ, ਜਾਂ ਤਾਂ ਫਿਰ ਜੇ ਕੋਈ ਜੌਬ ਕਰ ਰਿਹਾ ਤਾਂ ਉਹਨੂੰ 50% ਮਿਲ ਰਿਹਾ ਆ, ਜਾਂ ਤਾਂ ਫਿਰ ਜੌਬ ਦੇ ਵਿੱਚੋਂ ਉਹਨੂੰ ਕੁਛ ਵੀ ਨਹੀਂ ਮਿਲ ਰਿਹਾ ਆ। ਸੋ ਇਸ ਕਰਕੇ ਬਟ ਉਹ ਜੌਬ ਕਰ ਬੈਠ ਕੇ ਕਰੀ ਜਾ ਰਿਹਾ ਆ, ਬਟ ਆਪਾਂ ਨੂੰ ਇਨਕਮ ਦੀ ਵੀ ਤਾਂ ਲੋੜ ਹੈ। ਆਪਾਂ ਜੌਬ ਤਾਂ ਇਸੇ ਲਈ ਕਰਦੇ ਹਾਂ ਕਿ ਕੋਈ ਇਨਕਮ ਆਪਾਂ ਨੂੰ ਮਿਲੇ। ਸੋ ਮੈਂ ਤੁਹਾਡੇ ਲਈ ਲਿਆਈ ਹਾਂ ਬਹੁਤ ਹੀ ਆਸਾਨ ਵੈਬਸਾਈਟ ਜਾਂ ਫਿਰ ਐਪ ਕਹਿ ਸਕਦੇ ਹੋ, ਜਿਸ ਦੇ ਉੱਤੇ ਤੁਸੀਂ ਘਰ ਤੋਂ ਬੈਠ ਕੇ ਔਨਲਾਈਨ ਕੰਮ ਕਰਨਾ, ਤੁਹਾਨੂੰ ਕੁਛ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ USA, ਕੈਨੇਡਾ, ਆਸਟ੍ਰੇਲੀਆ ਵਰਗੇ ਕਲਾਇੰਟਸ ਦੇ ਨਾਲ ਤੁਸੀਂ ਡੀਲ ਕਰਨੀ ਹੈ ਘਰ ਬੈਠ ਕੇ, ਔਰ ਤੁਸੀਂ ਕੰਮ ਕਰਨਾ ਹੈ ਘਰ ਬੈਠ ਕੇ ਆਪਣੇ ਕੰਪਿਊਟਰ ਤੋਂ ਜਾਂ ਫਿਰ ਤੁਸੀਂ ਆਪਣੇ ਮੋਬਾਈਲ ਤੋਂ ਵੀ ਕਰ ਸਕਦੇ ਹੋ। ਸੋ ਇਹਨਾਂ ਐਪਸ ਦੇ ਥਰੂ ਬਹੁਤ ਸਾਰੇ ਲੋਕ ਆ ਜੋ ਲੱਖਾਂ ਰੁਪਏ ਕਮਾ ਚੁੱਕੇ ਆ। ਸੋ ਮੈਂ ਆਪਣਾ ਅਕਾਊਂਟ ਵੀ ਤੁਹਾਨੂੰ ਦਿਖਾਵਾਂਗੀ, ਕਿਉਂਕਿ ਮੈਂ ਵੀ ਇਸ ਐਪ ਦੇ ਉੱਤੇ ਵਰਕ ਕਰ ਚੁੱਕੀ ਹਾਂ ਔਰ ਮੈਂ ਇਹਦੇ ਤੋਂ ਕਾਫੀ ਪੈਸੇ ਜਿਹੜੇ ਆ ਵਿਦਡਰਾ ਕਰਵਾ ਚੁੱਕੀ ਹਾਂ। ਸੋ ਮੈਂ ਲਾਈਵ ਪ੍ਰੂਫ ਦੇ ਨਾਲ ਤੁਹਾਨੂੰ ਦਿਖਾਵਾਂਗੀ ਕਿ ਮੈਂ ਕਿੰਨੇ ਪੈਸੇ ਇਹਦੇ ਵਿੱਚੋਂ ਵਿਦਡਰਾ ਕਰਵਾ ਚੁੱਕੀ ਹਾਂ। ਸੋ ਮੈਨੂੰ ਇਸ ਫਾਈਬਰ ਐਪ ਦੇ ਉੱਤੇ ਕੰਮ ਕਰਦੀ ਹੋਈ ਨੂੰ ਹੋ ਗਿਆ ਆ 1 ਸਾਲ। ਸੋ ਮੈਂ 1 ਸਾਲ ਤੋਂ ਉੱਤੇ ਵਰਕ ਕਰ ਰਹੀ ਹਾਂ ਤਾਂ ਮੈਨੂੰ ਪਤਾ ਹੈ ਕਿ ਇਹ ਐਪ ਬਿਲਕੁਲ 100% ਜੈਨੂਇਨ ਐਪ ਆ, ਕਿਉਂਕਿ ਇਹ ਤੋਂ ਪੈਸੇ ਮੈਂ ਕਾਫੀ ਵਾਰ ਵਿਦਡਰਾ ਕਰਵਾ ਚੁੱਕੀ ਹਾਂ। ਸੋ ਜਲਦੀ ਨਾਲ ਆਪਾਂ ਦੇਖ ਲੈਂਦੇ ਹਾਂ ਕਿ ਡਿਸਕਟੋਪ ਦੇ ਉੱਤੇ ਜਾ ਕੇ ਲਾਈਵ ਪ੍ਰੂਫ ਕਿ ਇਹ ਐਪ ਜੈਨੂਇਨ ਹੈ ਜਾਂ ਨਹੀਂ। ਸੋ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਜ਼ਰੂਰ ਦੇ ਦਾਂਗੀ, ਤੁਸੀਂ ਇਸ ਲਿੰਕ ਦੇ ਉੱਤੇ ਜਾ ਕੇ ਵਿਜ਼ਿਟ ਜ਼ਰੂਰ ਕਰ ਲੈਣਾ ਔਰ ਦੇਖ ਲੈਣਾ ਕਿ ਇਹ ਕਿਸ ਤਰ੍ਹਾਂ ਦੀ ਵੈਬਸਾਈਟ ਆ ਤੇ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ। ਇਹਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਆ, ਤੁਸੀਂ ਜਿਸ ਤਰ੍ਹਾਂ ਦਾ ਵੀ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਸਕਿੱਲਸ ਨੇ, ਉਸ ਤਰ੍ਹਾਂ ਦਾ ਤੁਸੀਂ ਕੰਮ ਇਹਦੇ ਉੱਤੇ ਜੁਆਇਨ ਕਰ ਸਕਦੇ ਹੋ। ਤੇ ਇਹਦੇ ਵਿੱਚ ਕੋਈ ਪਾਬੰਦੀ ਨਹੀਂ ਹੈਗੀ ਕਿ ਤੁਸੀਂ ਇੰਨਾ ਕੰਮ ਕਰਨਾ ਹੀ ਕਰਨਾ ਆ, ਇੱਦਾਂ ਦਾ ਕੋਈ ਨਹੀਂ ਆ ਕਿ ਕਲਾਇੰਟ ਨੇ ਮੈਸੇਜ ਕਰਤਾ ਤਾਂ ਤੁਸੀਂ ਕੰਮ ਕਰਨਾ ਹੀ ਕਰਨਾ ਆ। ਇਹ ਤੁਹਾਡੀ ਮਰਜ਼ੀ ਹੈ, ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਕਲਾਇੰਟ ਨੂੰ ਕੰਮ ਕਰਨ ਲਈ ਹਾਂ ਕਰ ਸਕਦੇ ਹੋ, ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈ ਦੈਨ ਤੁਸੀਂ ਨਾ ਵੀ ਕਰ ਸਕਦੇ ਹੋ। ਇਹਦੇ ਵਿੱਚ ਕੁਛ ਵੀ ਕੋਈ ਪੈਨਲਟੀ ਨਹੀਂ ਲੱਗਦੀ ਹੈਗੀ ਆ, ਨਾ ਹੀ ਤੁਹਾਨੂੰ ਕੋਈ ਵੀ ਨੁਕਸਾਨ ਹੋਣਾ ਆ ਇਸ ਚੀਜ਼ ਦਾ। ਬਸ ਇਹ ਆ ਕਿ ਤੁਸੀਂ ਆਪਣੇ ਕਲਾਇੰਟਸ ਵਧਾਉਣਾ ਚਾਹੁੰਦੇ ਆ ਜਾਂ ਘਟਾਉਣਾ ਚਾਹੁੰਦੇ ਆ, ਉਹ ਤੁਹਾਡੇ ਹੱਥ 'ਤੇ ਆ ਕਿ ਤੁਸੀਂ ਕੰਮ ਕਰਨਾ ਆ ਜਾਂ ਨਹੀਂ ਕਰਨਾ। ਸੋ ਕਿਸ ਤਰ੍ਹਾਂ ਦਾ ਕੰਮ ਆ ਅਤੇ ਕਿਸ ਤਰ੍ਹਾਂ ਦਾ, ਉਹ ਆਪਾਂ ਡਿਸਕਟੋਪ ਦੇ ਉੱਤੇ ਜਾ ਕੇ ਦੇਖਦੇ ਹਾਂ। ਸੋ ਲੋ ਜਲਦੀ ਨਾਲ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਆਪਣੀ ਫਾਈਵਰ ਅਕਾਊਂਟ ਨੂੰ ਸਾਈਨ ਇਨ ਕਰ ਲੈਂਦੀ ਹਾਂ ਫਾਈਵਰ ਐਪ ਵੈਬਸਾਈਟ ਦੇ ਵਿੱਚ। ਸੋ ਮੈਂ ਸਭ ਤੋਂ ਪਹਿਲਾਂ ਇੱਥੇ ਆਪਣੇ ਜਿਹੜੀ ਮੇਰੀ ਯੂਜ਼ਰ ਨੇਮ ਆ ਜਾਂ ਫਿਰ ਜਿਹੜੀ ਈਮੇਲ ਆਈਡੀ ਆ ਉਸਨੂੰ ਪੁੱਟ ਕਰਨ ਤੋਂ ਬਾਅਦ ਮੈਂ ਇੱਥੇ ਪਾਸਵਰਡ ਪੁੱਟ ਕਰਾਂਗੀ ਔਰ ਫਿਰ ਕੰਟੀਨਿਊ ਦੇ ਉੱਤੇ ਕਲਿੱਕ ਕਰਾਂਗੀ। ਸੋ ਇਹਦੇ ਨਾਲ ਮੈਂ ਤੁਹਾਨੂੰ ਇਹੀ ਦਿਖਾਉਣਾ ਚਾਹ ਰਹੀ ਹਾਂ ਕਿ ਮੇਰਾ ਅਕਾਊਂਟ ਜਿਹੜਾ ਫਾਈਵਰ ਦੇ ਉੱਤੇ ਹੈ ਔਰ ਮੈਂ ਉਸਨੂੰ ਸਾਈਨ ਇਨ ਕਰਨ ਜਾ ਰਹੀ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿੰਨੀ ਵਾਰ ਰਕਮ ਉਹਦੇ ਵਿੱਚੋਂ ਵਿਦਡਰਾ ਕਰਵਾ ਚੁੱਕੀ ਹਾਂ ਉਸਦੇ ਬਾਰੇ ਤੁਸੀਂ ਲਾਈਵ ਦੇਖੋਗੇ। ਸੋ ਇਹ ਪੇਜ ਓਪਨ ਹੋ ਰਿਹਾ ਆ। ਹੁਣ ਅਕਾਊਂਟ ਮੇਰਾ ਜਿਹੜਾ ਸਾਈਨ ਇਨ ਹੋ ਚੁੱਕਾ ਆ। ਸੋ ਮੈਂ ਹੁਣ ਇੱਥੋਂ ਆਪਣੀ ਜਿਹੜੀ ਆ ਪ੍ਰੋਫਾਈਲ ਚੂਜ਼ ਕਰਾਂਗੀ। ਸੋ ਮੈਂ ਇੱਥੋਂ ਪ੍ਰੋਫਾਈਲ ਆਪਣਾ ਕਲਿੱਕ ਕਰਕੇ ਪ੍ਰੋਫਾਈਲ ਦੇ ਵਿੱਚ ਚਲੇ ਜਾਂਦੀ ਹਾਂ। ਥੋੜ੍ਹਾ ਜਿਹਾ ਟਾਈਮ ਲੱਗ ਰਿਹਾ ਆ ਇਹਨੂੰ। ਸੋ ਮੇਰੀ ਪ੍ਰੋਫਾਈਲ ਜਿਹੜੀ ਆ ਓਪਨ ਹੋ ਚੁੱਕੀ ਆ। ਸੋ ਇਹ ਮੇਰੇ ਕੋਲ 3 ਗਿਗ ਆ ਜਿਹੜੇ ਕਿ ਮੇਰੇ ਸੇਲ ਹੁੰਦੇ ਆ। ਸੋ ਇਹਨਾਂ ਵਿੱਚੋਂ ਸਭ ਤੋਂ ਜਿਹੜਾ ਮੇਰਾ 1 ਗਿਗ ਆ ਉਹ ਬੈਸਟ ਸੇਲਰ ਦੇ ਵਿੱਚ ਆਉਂਦਾ ਆ। ਸੋ ਇਹਦੇ ਵਿੱਚ ਅਗਰ ਮੈਂ ਅਰਨਿੰਗ ਦੇ ਉੱਤੇ ਕਲਿੱਕ ਕਰਦੀ ਹਾਂ ਤਾਂ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਜਿਹੜੇ ਜਿੰਨੇ ਪੈਸੇ ਮੇਰੇ ਵਿੱਚੋਂ ਵਿਦਡਰਾ ਕਰਵਾ ਚੁੱਕੀ ਹਾਂ। ਸੋ ਮੈਂ ਤੁਹਾਨੂੰ ਇੱਥੇ ਅਰਨਿੰਗ ਦੇ ਉੱਤੇ ਕਲਿੱਕ ਕਰਕੇ ਅਰਨਿੰਗ ਆਪਣੀ ਦਿਖਾ ਦਿੰਦੀ ਹਾਂ। ਦੇਖੋ ਇਹਦੇ ਵਿੱਚ ਮੈਂ ਜਿਹੜੀ ਵਿਦਡਰਾ ਇਨਕਮ ਆ ਮੈਂ ਉਹੀ ਸਿਰਫ ਸ਼ੋਅ ਕਰ ਰਹੀ ਹਾਂ, ਬਾਕੀ ਮੈਂ ਸਿਕਿਉਰਿਟੀ ਰੀਜ਼ਨ ਨਾਲ ਸ਼ੋਅ ਨਹੀਂ ਕਰ ਸਕਦੀ। ਸੋ ਇੱਥੇ ਦੇਖੋ ਵਿਦਡਰਾ ਕੀਤੀ ਹੋਈ ਰਕਮ $188 ਆ ਮੇਰੀ, ਜਿਹੜੀ ਕਿ ਮੈਂ ਇਸ ਵਿੱਚੋਂ ਕਢਵਾ ਸਕੀ, ਅਤੇ ਇੰਡੀਅਨ ਰੁਪੀਜ਼ ਦੇ ਵਿੱਚ ਕੁਛ 14,000 ਰੁਪਇਆ ਹੋ ਜਾਂਦਾ ਆ। ਸੋ ਮੈਂ ਇਹਦੇ ਉੱਤੇ ਜਿਹੜਾ ਵਰਕ ਪਰਮਾਨੈਂਟਲੀ ਨਹੀਂ ਕਰਦੀ, ਜਦੋਂ ਮੇਰਾ ਮਨ ਹੁੰਦਾ ਜਾਂ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਮੈਂ ਉਦੋਂ ਹੀ ਸਿਰਫ ਇਹਦੇ ਉੱਤੇ ਕੰਮ ਕਰਦੀ ਹਾਂ। ਹੁਣ ਜਿੱਦਾਂ ਕਿ ਤੁਸੀਂ ਦੇਖਿਆ ਕਿ ਮੇਰੇ ਅਕਾਊਂਟ ਦੇ ਵਿੱਚੋਂ ਮੈਂ ਇੰਨੇ ਪੈਸੇ ਵਿਦਡਰਾ ਕਰਵਾ ਚੁੱਕੀ ਹਾਂ। ਸੋ ਤੁਸੀਂ ਇਹ ਲਾਈਵ ਪ੍ਰੂਫ ਦੇਖ ਲਿਆ, ਇਹ ਮੇਰੀ ਆਪਣੀ ਫਾਈਬਰ ਦੇ ਉੱਤੇ ਆਈਡੀਆ ਤੇ ਮੈਂ ਖੁਦ ਇਹਦੇ ਉੱਤੇ ਕਾਫੀ ਕਲਾਇੰਟਸ ਦੇ ਨਾਲ ਵਰਕ ਕਰ ਚੁੱਕੀ ਹਾਂ। ਸੋ ਇਸੇ ਤਰ੍ਹਾਂ ਤੁਸੀਂ ਵੀ ਕਲਾਇੰਟਸ ਦੇ ਨਾਲ ਵਰਕ ਕਰ ਸਕਦੇ ਹੋ। ਤੇ ਕਿਸ ਤਰ੍ਹਾਂ ਵਰਕ ਕਰ ਸਕਦੇ ਹੋ, ਪ੍ਰੋਫਾਈਲ ਸੈਟਅਪ ਕਿੱਦਾਂ ਕਰਨੀ ਹੈ, ਤੁਸੀਂ ਇਹਦੇ ਉੱਤੇ ਅਕਾਊਂਟ ਕਿੱਦਾਂ ਕ੍ਰੀਏਟ ਕਰਨਾ ਹੈ, ਤੁਸੀਂ ਗਿਗ ਕਿਸ ਤਰ੍ਹਾਂ ਬਣਾਉਣਾ ਆ,
ਤੁਸੀਂ ਕਲਾਇੰਟਸ ਦੀ ਵੇਟ ਕਿੱਦਾਂ ਕਰਨੀ ਆ। ਸੋ ਉਸ ਦੇ ਬਾਰੇ ਸਾਰੀ ਜਾਣਕਾਰੀ ਮੈਂ ਅਗਲੀਆਂ ਵੀਡੀਓਜ਼ ਦੇ ਵਿੱਚ ਦਿੰਦੀ ਰਵਾਂਗੀ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਰ ਤੁਸੀਂ ਮੇਰੇ ਚੈਨਲ ਦੇ ਉੱਤੇ ਸਬਸਕ੍ਰਾਈਬ ਕਰਦੇ ਹੋ, ਤੇ ਨਾਲ ਹੀ ਨਾਲ ਤੁਹਾਨੂੰ ਕੰਪਿਊਟਰ ਦੀ ਨੌਲੇਜ ਵੀ ਮਿਲਦੀ ਰਹੇਗੀ। ਅਗਰ ਤੁਹਾਨੂੰ ਕੰਪਿਊਟਰ ਦੀ ਨੌਲੇਜ ਨਹੀਂ ਹੈ ਤੇ ਤੁਸੀਂ ਫਾਈਵਰ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ, ਦੈਨ ਤੁਹਾਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਆ, ਤਾਂ ਕਿ ਤੁਹਾਨੂੰ ਕੰਪਿਊਟਰ ਦੀ ਨੌਲੇਜ ਵੀ ਮਿਲਦੀ ਰਹੇ, ਕਿਉਂਕਿ ਮੈਂ ਬੇਸਿਕ ਦੀ ਸੀਰੀਜ਼ ਇੱਕ ਸਟਾਰਟ ਕੀਤੀ ਹੋਈ ਆ। ਅਗਰ ਤੁਸੀਂ ਉਸ ਸੀਰੀਜ਼ ਦੀਆਂ ਸਾਰੀ ਇਸ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਇਸਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਦਾਂਗੀ, ਤੁਸੀਂ ਚੈੱਕਆਊਟ ਜ਼ਰੂਰ ਕਰ ਲੈਣਾ। ਥੈਂਕ ਯੂ ਸੋ ਮੱਚ। ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਰੇ ਲੋੜਵੰਦ ਨੂੰ ਇਹ ਵੀਡੀਓ ਦਾ ਪਤਾ ਲੱਗ ਸਕੇ ਅਤੇ ਹਰ ਕੋਈ ਇਹਦੇ ਉੱਤੇ ਇਸ ਐਪ ਦਾ, ਇਸ ਵੈਬਸਾਈਟ ਦਾ ਫਾਇਦਾ ਲੈ ਸਕੇ। ਥੈਂਕ ਯੂ ਸੋ ਮੱਚ। ਸੋ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ, ਬੈੱਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ। ਥੈਂਕ ਯੂ।